ਅਦਾਰਾ ਪਬਲਿਕ ਪੁਲਿਸ ਮੋਨੀਟਰ ਦਿਆ ਵੈਬ ਟੀਵੀ ਨਿਊਜ਼ ਚੈਨਲ ਤਹਿਲਕਾ ਪੰਜਾਬ ਅਤੇ ਮੈਂ ਤੁਹਾਡੀ ਜੋਤੀ ਸਮ ਹੰਸਰਾ ਸਟੇਡੀਅਮ ਨੇੜੇ ਇੱਕ ਸ਼ਰਾਬੀ ਟ੍ਰੈਫਿਕ ਪੁਲਿਸ ਵਾਲੇ ਨੇ ਇੱਕ ਸਾਈਕਲ ਸਵਾਰ ਨੂੰ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਟੱਕਰ ਮਾਰ ਕੇ ਸ਼ਰਾਬੀ ਟ੍ਰੈਫਿਕ ਪੁਲਿਸ ਵਾਲੇ ਦੀ ਵਰਦੀ ਵਾਲੇ ਚਾਲਕ ਨੇ ਆਪਣੀ ਕਾਰ ਮੌਕੇ ਤੋਂ ਭਜਾ ਲਈ ਤੇ ਅੱਗੇ BMC ਚੌਂਕ ਤੇ ਖੜ੍ਹੇ ਇੱਕ ਹੋਰ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ, ਜਿਸ ਤੇ ਮੋਟਰਸਾਈਕਲ ਸਵਾਰ ਨੇ ਉਸਦਾ ਪਿੱਛਾ ਕਰਕੇ ਹੋਰਨਾਂ ਰਾਹਗੀਰਾਂ ਦੀ ਸਹਾਇਤਾ ਨਾਲ ਉਸ ਨੂੰ ਕਾਬੂ ਕਰ ਲਿਆ। ਅਤੇ ਸਿਵਲ ਹਸਪਤਾਲ ਦੀ ਐਂਬੂਲੈਂਸ ਨੂੰ ਬੁਲਾ ਕੇ ਜ਼ਖਮੀ ਸਾਈਕਲ ਸਵਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਭਿਜਵਾਇਆ। ਮੌਕੇ ਗੁਰਮੁਖ ਸਿੰਘ ਨਾਂ ਦੇ ਰਾਹਗੀਰ ਨੇ ਤਹਿਲਕਾ ਪੰਜਾਬ ਨੂੰ ADCP ਪਰਮਜੀਤ ਸਿੰਘ ਦੀ ਮੌਜੂਦਗੀ ਵਿੱਚ ਜਾਣਕਾਰੀ ਦਿੰਦੇ ਦੱਸਿਆ ਕਿ ਤੁਸੀਂ ਫੜਿਆ ਸੀ ਭਾਜੀ ਨੂੰ? ਭਾਈ ਉਹ ਜਾ ਰਿਹਾ ਸੀਗਾ ਅਲਟੋ ਦੇ ਰੂਮ ਛੱਡ ਆ ਰਿਹਾ ਸੀਗਾ, ਠੀਕ ਆ ਜੀ। ਇਹਨੇ ਪਹਿਲਾਂ ਚੱਕਿਆ ਸਾਈਕਲ ਵਾਲਾ, ਬੁੜਕ ਕੇ ਗੱਡੀ ਦੇ ਗਿਰਿਆ, ਇਹਨੇ ਗੱਡੀ ਰੋਕੀ ਨਹੀਂ, ਜ਼ਿਆਦਾ ਆਊਟ ਹੋਇਆ ਪਿਆ, ਇਹਨੇ ਰੋਕੀ ਨਹੀਂ, ਇਹਨੇ ਫੇਰ ਭਜਾ ਲਈ ਮੋਟਰਸਾਈਕਲ ਦੇ, ਮੈਂ ਮੋਟਰਸਾਈਕਲ ਦੇ ਰੋਂਗ ਸਾਈਡ, ਮੈਂ ਗੱਡੀ ਨੂੰ ਐਨ ਨਿਕਲ ਗਿਆ, ਇਹਨੇ ਫੇਰ ਮੇਰੇ ਮੋਟਰਸਾਈਕਲ ਮਾਰਨ ਲੱਗਾ। ਅੱਛਾ, ਮੈਂ ਸਾਈਡ 'ਤੇ ਆਇਆ, ਮੈਂ ਚੱਕੇ ਉਹ ਬੰਦੇ ਨੂੰ ਚੱਕਿਆ, ਇਹਨੇ ਪਿੱਛੇ ਮੁੜ ਕੇ ਦੇਖਿਆ। ਹਾਂਜੀ, ਅੱਛਾ ਜੀ, ਗੱਲ ਕਰ ਰਹੇ, ਠੀਕ ਆ ਜੀ। ਇਹਨੇ ਪਿੱਛੇ ਮੁੜ ਕੇ ਦੇਖਿਆ, ਅੱਗੇ ਚੱਲ ਗਿਆ ਮੈਕਡੀ ਦੇ ਮੋਹਰੇ, ਇਹਨੇ ਤਾਂ ਗੱਡੀ ਖੜੀ ਕੀਤੀ ਮੈਕਡੀ ਦੇ ਮੋਹਰੇ, ਇਹਨੇ ਗੱਡੀ 5 ਮਿੰਟ ਖੜੀ ਕੀਤੀ, ਵਾਪਸ ਆਇਆ, ਇਹਨੇ ਦੇਖਿਆ ਬੰਦਾ ਮਰ ਗਿਆ ਜਾਂ ਨਹੀਂ, ਇਹਨੇ ਗੱਡੀ ਉਸ ਅੱਗੇ ਫੇਰ ਭਜਾਈ। ਮੁੰਡੇ ਸੀਗੇ 2 ਮੋਟਰਸਾਈਕਲ ਦੇ, ਇਹਨਾਂ ਮੁੰਡੇ ਮੋਟਰਸਾਈਕਲ ਮਗਰ ਲਾ ਲਏ, ਹਾਂਜੀ, ਉਹਨਾਂ ਨੇ ਇੱਥੇ ਆ ਕੇ ਗੱਡੀ ਰੋਕੀ ਇਹਦੀ, ਮਗਰ ਮੈਂ ਮੋਟਰਸਾਈਕਲ ਆਇਆ, ਪਰ ਇਹਨੇ ਬੰਦੇ ਨੂੰ ਦੇਖਿਆ ਨਹੀਂ ਉਹ ਬੰਦਾ ਬਚ ਗਿਆ ਜਾਂ ਨਹੀਂ। ਕੀ ਮੁਲਾਜ਼ਮ ਹੈ ਭਾਜੀ? ਇਹ ਮੁਲਾਜ਼ਮ ਆ ਜੀ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਗੁਰਮੁਖ ਸਿੰਘ ਜੀ। ਤੁਹਾਨੂੰ ਵੀ ਟੱਕਰ ਮਾਰਨ ਲੱਗੇ? ਹਾਂਜੀ, ਮੇਚ ਵੀ ਟੱਕਰ ਮਾਰ ਲੱਗਾ, ਮੈਂ ਪਰ ਬਚਾ ਆਪਣਾ ਕਰ ਲਿਆ। ਭਾਜੀ ਕਿੱਥੇ ਰਹਿਣ ਵਾਲੇ? ਕਿੱਥੇ ਰਹਿੰਦੇ? ਮੇਰਾ ਨਾਮ ਆਪਣਾ ਗੁਰਮੁਖ ਸਿੰਘ ਆ, ਮੈਂ ਇਸ ਬੰਦਾ ਬਦਲ ਲਾਂਗੇ ਸਿਟੀ ਰਹਿੰਦੇ। ਕਿੱਥੇ ਨੇ ਟੱਕਰ ਮਾਰੀ ਸਾਈਕਲ ਵਾਲੇ ਨੂੰ? ਹਾਂਜੀ, ਆ ਇੱਥੇ ਆ ਚੌਂਕ ਦੇ ਵਿੱਚ ਜੀ, BMC ਚੌਂਕ, ਉਹ ਤੋਂ ਥੋੜਾ ਗਾਂ ਨੂੰ ਆ ਕੇ। ਦੀ ਪੁਲਿਸ ਨੂੰ ਸੂਚਨਾ ਮਿਲਣ ਤੇ ਮੌਕੇ ਪਰ ਹੀ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਪਹਿਲਾਂ ਤਾਂ ਸ਼ਰਾਬੀ ਟ੍ਰੈਫਿਕ ਦੀ ਵਰਦੀ ਵਾਲੇ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੌਕੇ ਪਰ ਹੀ ਮੀਡੀਆ ਵਾਲੇ ਵੀ ਪਹੁੰਚ ਜਾਣ ਅਤੇ ਰਾਹਗੀਰਾਂ ਦੇ ਗੁੱਸੇ ਨੂੰ ਦੇਖਦੇ ਹੋਏ ਸ਼ਰਾਬੀ ਪੁਲਿਸ ਵਾਲੇ ਨੂੰ ਥਾਣੇ ਲੈ ਗਏ। ਮੌਕੇ ਪਰ ਪਹੁੰਚੇ
ADCP ਪਰਮਜੀਤ ਸਿੰਘ ਨੇ ਦੋਸ਼ੀ ਟ੍ਰੈਫਿਕ ਪੁਲਿਸ ਵਾਲੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿਵਾਉਂਦੇ ਕਿਹਾ ਕਿ ਇਹ ਸਾਡੇ ਟ੍ਰੈਫਿਕ ਦਾ ਮੁਲਾਜ਼ਮ ਸੀਗਾ ਜਿਹਨੇ ਕਿ ਗੱਡੀ ਦਾ ਔਫਸਰ ਤੋਂ ਲਿਆ ਕਿਸੇ ਵਿੱਚ ਮਾਰੀ ਮੁੰਡਾ ਸੀਰੀਅਸ ਆ ਉਹਨੂੰ ਲੈ ਗਿਆ ਸਿਵਲ ਹਸਪਤਾਲ ਦੇ ਵਿੱਚ ਇਹਨੂੰ ਮੈਂ ਥਾਣੇ ਭੇਜਤਾ ਚਾਬੀ ਮੁੰਡੇ ਗੱਡੀ ਦੀ ਕਿਸੇ ਦੇ ਕੋਲ ਸੀਗੀ ਅਤੇ ਉਹਨੂੰ ਮੈਂ ਕਿਹਾ ਵੀ ਇਹਨੂੰ ਲੈ ਜਾਵੇ ਐਸ ਟੀ ਓ ਕਹਿ ਤਾਂ ਜੋ ਬਣਦੀ ਕਾਨੂੰਨੀ ਕਾਰਵਾਈ ਕਰ ਲਓ ਤੁਹਾਨੂੰ ਸਾਡੀ ਇਹ ਪੇਸ਼ਕਸ਼ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਭਰੇ ਕਮੈਂਟ ਜ਼ਰੂਰ ਕਰੋ ਯੂਟਿਊਬ 'ਤੇ ਅਦਾਰਾ ਪਬਲਿਕ ਫੇਸ ਮੋਨੀਟਰ ਦੇ ਦੇਖ ਰਹੇ ਵੈਬ ਟੀਵੀ ਨਿਊਜ਼ ਚੈਨਲ ਤਹਿਤਾ ਪੰਜਾਬ ਦੇ ਸਮੂਹ ਦਰਸ਼ਕਾਂ ਨੂੰ ਬੇਨਤੀ ਹੈ ਕਿ ਯੂਟਿਊਬ ਦੇ ਖੱਬੇ ਹੱਥ ਲੱਗੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਕਲਿੱਕ ਕਰਕੇ ਦਬਾਓ ਇਸ ਤੋਂ ਬਾਅਦ ਸਾਡੀਆਂ ਸਾਰੀਆਂ ਹੀ ਪ੍ਰਕਾਸ਼ਿਤ ਹੋਣ ਵਾਲੀਆਂ ਵੀਡੀਓ ਨਿਊਜ਼ ਵਗੈਰਾ ਆਪਣੇ ਆਪ ਹੀ ਤੁਹਾਡੀ ਈਮੇਲ ID 'ਤੇ ਪਹੁੰਚ ਜਾਇਆ ਕਰਨਗੀਆਂ ਆਸ ਹੈ ਕਿ ਤੁਸੀਂ ਸਾਡੀ ਇਸ ਬੇਨਤੀ ਨੂੰ ਜ਼ਰੂਰ ਸਵੀਕਾਰ ਕਰਦੇ ਹੋਏ ਸਾਡੇ ਯੂਟਿਊਬ ਚੈਨਲ ਤਹਿਕਾ ਪੰਜਾਬ ਨੂੰ ਆਪਣੇ ਇੱਕ ਸਬਸਕ੍ਰਾਈਬ ਜ਼ਰੂਰ ਦੇਵੋਗੇ ਤੁਹਾਨੂੰ ਸਹਿਤ ਅਦਾਰਾ ਪਬਲਿਕ ਪੁਲਿਸ ਮੋਨੀਟਰ ਦੇ ਵੈਬ ਟੀਵੀ ਨਿਊਜ਼ ਚੈਨਲ ਤਹਿਕਾ ਪੰਜਾਬ ਦੇ ਆਫਿਸ ਦੀ ਇੰਚਾਰਜ ਜੋਤੀ ਸੰਧੂ।